ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੋਸਤ ਅਤੇ ਹੋਸਟ ਆਸ਼ੀਸ਼ ਉੱਪਲ ਅਤੇ ਅੱਜ ਅਸੀਂ ਆਏ ਹਾਂ ਜੀ ਮਿਸਿਸ ਪੰਜਾਬ 2019 ਸੀਜ਼ਨ 5 ਦੇ ਪਟਿਆਲਾ ਆਡੀਸ਼ਨ ਵਾਸਤੇ ਪਟਿਆਲਾ ਵਿੱਚ ਅਤੇ ਅੰਦਰ ਪਾਰਟੀਸਪੇਟ ਸਾਰੇ ਪਹੁੰਚ ਚੁੱਕੇ ਨੇ ਅਤੇ ਆਓ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਾਰਟੀਸਪੈਂਟਸ ਦੇ ਨਾਲ। ਹਾਂਜੀ ਮੈਮ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰੋਮਿਲਾ ਕੁਮਾਰੀ ਹੈ। ਮੈਂ ਪਟਿਆਲਾ ਤੋਂ ਆਈ ਹਾਂ। ਬੇਸਿਕਲੀ ਮੈਂ ਹਿਮਾਚਲ ਦੀ ਰਹਿਣ ਵਾਲੀ ਹਾਂ। ਮੇਰੇ ਹਸਬੈਂਡ ਇੰਡੀਅਨ ਆਰਮੀ ਮੇਂ ਜੋਬ ਕਰਤੇ ਹੈ ਅਤੇ ਮੈਂ ਇੱਕ ਵੋਕੇਸ਼ਨਲ ਟੀਚਰ ਹੂੰ ਆਰਮੀ ਮੇਂ ਹੀ, ਵੋਕੇਸ਼ਨਲ ਸੈਂਟਰ ਮੇਂ। ਮੇਰੇ ਦੋ ਬੇਟੇ ਹੈ, ਇੱਕ 8th ਕਲਾਸ ਮੇਂ ਪੜ੍ਹਤਾ ਹੈ ਔਰ ਇੱਕ 2nd ਕਲਾਸ ਮੇਂ ਪੜ੍ਹਤਾ ਹੈ। ਅਤੇ ਮੈਮ, ਮਿਸਿਸ ਪੰਜਾਬ ਵਿੱਚ ਪਾਰਟੀਸਪੇਟ ਕਰਨ ਦਾ ਆਈਡੀਆ ਜਾਂ ਇੰਸਪੀਰੇਸ਼ਨ ਤੁਹਾਨੂੰ ਕਿਹਨੇ ਦਿੱਤੀ? ਸਰ, ਮੇਰੀ ਇੱਕ ਫਰੈਂਡ ਹੈ, ਉਹਨੇ ਮੈਨੂੰ ਬਤਾਇਆ ਕਿ ਐਸੇ ਐਸੇ ਮਿਸਿਸ ਪੰਜਾਬ ਕਾ ਜੋ ਹੈ ਇਵੈਂਟ ਹੋਣੇ ਜਾ ਰਹਾ ਹੈ ਸ਼ੌਰਿਆ ਹੋਟਲ ਮੇਂ, ਅਗਰ ਇੰਟਰਸਟਿਡ ਹੋ ਤੋ ਵੀ ਕਰ ਸਕਤੇ ਹੋ। ਤੋ ਮੈਨੇ ਆਪਣੇ ਹਸਬੈਂਡ ਕੋ ਪੁੱਛਾ, ਉਹਨੇ ਬੋਲਾ ਕਰ ਲੋ। ਮੈਨੇ ਕਹਾ ਮੁਝੇ ਤੋ ਕੁਛ ਆਤਾ ਨਹੀਂ, ਮੈਨੇ ਕਭੀ ਕੀਆ ਨਹੀਂ, ਤੋ ਵਹਾਂ ਜਾ ਕੇ ਕਿਆ ਕਰੂੰਗੀ। ਹਸਬੈਂਡ ਬੋਲੇ ਕੁਛ ਕਰ ਨਹੀਂ ਪਾਓਗੀ, ਤੋ ਸੀਖ ਕੇ ਤੋ ਆਓਗੀ। ਬਿਲਕੁਲ ਸਹੀ ਮੈਮ, ਅਤੇ ਤਿਆਰੀ ਤੁਹਾਡੀ ਪੂਰੀ? ਸਰ, ਫਿਲਹਾਲ ਮੈਂ ਫਸਟ ਟਾਈਮ ਆਈ ਹੂੰ, ਮੁਝੇ ਇਤਨਾ ਪਤਾ ਨਹੀਂ ਹੈ ਕਿ ਕਿਆ ਕਰਨਾ ਹੈ ਕਿਆ ਨਹੀਂ ਕਰਨਾ। ਅਬ ਮੈਂ ਜਿਤਨਾ ਵੈਸੇ ਹੋਗਾ ਮੈਂ ਕਰਨੇ ਕੀ ਕੋਸ਼ਿਸ਼ ਕਰੂੰਗੀ। ਚਲੋ, ਨਰਵਸ ਨਹੀਂ ਹੋਣਾ ਆਪਾਂ, ਅਤੇ ਵਿਸ਼ ਯੂ ਆਲ ਦਾ ਲੱਕ, ਅਤੇ ਹੋਪ ਕਰਦੇ ਹਾਂ ਕਿ ਤੁਸੀਂ ਆਪਣਾ ਬੈਸਟ ਪਰਫਾਰਮੈਂਸ ਦਿਓ। ਥੈਂਕ ਯੂ। ਓਕੇ ਮੈਮ। ਹਾਂਜੀ ਮੈਮ, ਕੀ ਨਾਮ ਹੈ ਤੁਹਾਡਾ ਜੀ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਿਸਿਸ ਰੁਪਿੰਦਰ ਖਰੋੜ ਹੈ। ਮੈਂ ਪਟਿਆਲੇ ਤੋਂ ਹੀ ਬਿਲੋਂਗ ਕਰਦੀ ਹਾਂ। ਮੇਰੀ ਏਜ਼ 35 ਈਅਰਸ ਹੈ ਅਤੇ ਮੈਂ ਇੱਕ ਇਲੈਕਟ੍ਰੋਨਿਕ ਡਿਜੀਟਲ ਕੰਪਨੀ ਦੇ ਵਿੱਚ ਐਜ਼ ਏ ਮੈਨੇਜਰ ਜੋਬ ਕਰ ਰਹੀ ਹਾਂ ਅਤੇ ਇੱਥੇ ਮੈਂ ਪਾਰਟੀਸਪੇਟ ਕਰ ਰਹੀ ਹਾਂ ਅੱਜ ਮਿਸਿਸ ਪੰਜਾਬ 2019 ਦੇ ਵਿੱਚ। ਤੁਹਾਨੂੰ ਕਿੰਨੇ ਇੰਸਪਾਇਰ ਕੀਤਾ ਮੈਂ ਇੱਥੇ ਪਾਰਟੀਸਪੇਟ ਕਰਨ ਲਈ? ਐਕਚੁਲੀ ਸਰ, ਮੈਂ ਕਰਦੀ ਰਹਿੰਦੀ ਹਾਂ ਪਾਰਟੀਸਪੇਟ। ਲਾਸਟ ਟਾਈਮ ਵੀ ਮੈਂ ਫੈਬ ਦੇ ਵਿੱਚ ਮਿਸਿਸ ਗ੍ਰੇਸ ਔਫ ਪਟਿਆਲਾ ਹੋਇਆ ਸੀ, ਉਹਦੇ ਵਿੱਚ 2nd ਰਨਰ ਅਪ ਬਣੀ ਸੀਗੀ ਅਤੇ ਉਸ ਤੋਂ ਹੁਣ ਇਹਦੀ ਮੈਂ ਐਡ ਦੇਖੀ FB ਦੇ ਅਤੇ ਮੈਂ ਕਿਹਾ ਚਲੋ ਜਾਣਾ ਚਾਹੀਦਾ, ਕੁਛ ਨਵਾਂ ਐਕਸਪੀਰੀਅੰਸ ਲੈ ਕੇ ਆਉਂਦੇ ਹਾਂ ਅਤੇ ਤਾਂ ਮੈਂ ਪਾਰਟੀਸਪੇਟ ਕੀਤਾ। ਤੁਹਾਡੀ ਤਿਆਰੀ ਹੈ ਮੈਮ ਪੂਰੀ? ਹਾਂਜੀ, ਤਿਆਰੀ ਪੂਰੀ ਹੈ ਜੀ, ਬਾਕੀ ਦੇਖਦੇ ਹਾਂ। ਜਿੱਤ ਕੇ ਜਾਣਾ ਫਿਰ ਐਤਕੀ? ਉਮੀਦ ਤਾਂ ਹੈ, ਬਾਕੀ ਦੇਖੋ ਆਪਣੇ 'ਤੇ ਕੋਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਹੀ ਪਰਫੈਕਟ ਹਾਂ, ਬਾਕੀ ਇਹ ਕਿ ਚਲੋ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ। ਚਲੋ, ਵਿਸ਼ ਯੂ ਆਲ ਦਾ ਲੱਕ ਮੈਮ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ। ਹਾਂਜੀ ਮੈਮ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨਵਪ੍ਰੀਤ ਕੌਰ ਹੈ ਜੀ, ਮੈਂ ਪਟਿਆਲੇ ਦੀ ਰਹਿਣ ਵਾਲੀ ਹਾਂ ਅਤੇ ਇਹ ਆਡੀਸ਼ਨ ਲਈ ਫਸਟ ਟਾਈਮ ਆਈ ਹਾਂ ਜੀ, ਤਾਂ ਇੱਕ ਐਕਸਪੀਰੀਅੰਸ ਵੀ ਹੋਏਗਾ ਤਾਂ ਮੈਨੂੰ ਇੰਟਰਸਟ ਵੀ ਬਹੁਤ ਹੈ, ਜਿਵੇਂ ਕਿ ਸਿੰਗਿੰਗ ਦਾ, ਡਾਂਸਿੰਗ ਦਾ। ਮੈਂ ਜਦੋਂ ਛੋਟੀ ਹੁੰਦੀ ਸੀ ਗਿੱਧਿਆਂ ਵਿੱਚ ਪਾਰਟੀਸਪੇਟ ਕਰਦੀ ਰਹਿੰਦੀ ਸੀ, ਇਸ ਲਈ ਮੈਨੂੰ ਬਹੁਤ ਸ਼ੌਂਕ ਹੈ, ਇਸ ਲਈ ਮੈਂ ਇੱਥੇ ਫਸਟ ਟਾਈਮ ਆਈ ਹਾਂ। ਅਤੇ ਬਾਈ ਪ੍ਰੋਫੈਸ਼ਨ ਤੁਸੀਂ ਵਰਕ ਕਰ ਰਹੇ ਹੋ? ਹਾਊਸ ਵਾਈਫ? ਹਾਂਜੀ, ਮੈਂ ਵਰਕ ਕਰਦੀ ਹਾਂ ਸਕੂਲ ਟੀਚਿੰਗ। ਸਕੂਲ ਟੀਚਿੰਗ? ਹਾਂਜੀ। ਅਤੇ ਕੀ ਲੱਗਦਾ ਤੁਹਾਨੂੰ, ਕੀ ਕਿੰਨੇ ਕੁ ਪਰਸੈਂਟ ਚਾਂਸ ਤੁਹਾਡੇ, ਕਿੰਨੀ ਕੁ ਉਮੀਦ ਹੈ? ਕੋਨਫੀਡੈਂਸ ਤਾਂ ਪੂਰਾ ਹੈ, ਇਹੀ ਪੂਰਾ ਕੋਨਫੀਡੈਂਸ ਹੈ ਕਿ ਮੈਂ ਹੀ ਬਣ ਕੇ ਜਾਵਾਂ, ਬਾਕੀ ਤਾਂ ਫਿਰ ਜੱਜਸ 'ਤੇ ਡਿਪੈਂਡ ਹੈ ਹੈ ਨਾ, ਉਹਨਾਂ ਦਾ ਤਾਂ ਜੋ ਫੈਸਲਾ ਹੋਏਗਾ ਉਹਨਾਂ ਦਾ ਹੀ ਹੋਏਗਾ। ਬਿਲਕੁਲ, ਵਿਸ਼ ਯੂ ਆਲ ਦਾ ਲੱਕ ਮੈਮ। ਥੈਂਕ ਯੂ ਸੋ ਮਚ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਸੋਨੀਆ। ਹਾਂਜੀ, ਮੈਂ ਘੱਗਾ ਤੋਂ ਆਈ ਹਾਂ, ਪਾਤੜਾਂ 'ਚ, ਤਹਿਸੀਲ ਪਾਤੜਾਂ ਤੋਂ, ਅਤੇ ਮੈਂ ਇੱਕ ਟੀਚਰ ਹਾਂ, ਮੇਰੀ 7 ਸਾਲ ਦੀ ਬੇਟੀ ਹੈ। ਅਤੇ ਕਿੰਨੇ ਇੰਸਪਾਇਰ ਕੀਤਾ ਅੱਜ ਕੰਪੀਟੀਸ਼ਨ ਵਿੱਚ ਪਾਰਟੀਸਪੇਟ ਕਰਨ ਲਈ? ਮੇਰੀ ਛੋਟੀ ਸਿਸਟਰ ਹੈ, ਉਹਨੇ ਮੈਨੂੰ ਇੰਸਪਾਇਰ ਕੀਤਾ ਕਿ ਦੀਦੀ ਤੁਸੀਂ ਜਾਓ, ਜ਼ਰੂਰ ਜਾਓ, ਤੁਸੀਂ ਬਣ ਸਕਦੇ ਹੋ, ਮੇਰੇ 'ਤੇ ਕੋਨਫੀਡੈਂਸ ਹੈ, ਤਾਂ ਉਸਨੇ ਮੋਟੀਵੇਟ ਕੀਤਾ ਤਾਂ ਕਰਕੇ ਅੱਜ ਇੱਥੇ ਆਈ। ਅਤੇ ਪਹਿਲਾਂ ਕਦੀ ਕਿਸੇ ਕੰਪੀਟੀਸ਼ਨ 'ਚ ਪਾਰਟੀਸਪੇਟ ਕੀਤਾ ਹੋਵੇ ਤੁਸੀਂ? ਨਹੀਂ, ਕਦੀ ਵੀ ਨਹੀਂ। ਫਸਟ ਟਾਈਮ ਹੈ? ਹਾਂਜੀ। ਡਰ ਤਾਂ ਨਹੀਂ ਲੱਗ ਰਿਹਾ? ਥੋੜ੍ਹੀ ਨਰਵਸਨੈਸ ਹੈਗੀ ਹੈ। ਥੋੜ੍ਹੀ ਹੈਗੀ, ਤਿਆਰੀ ਹੈ ਪੂਰੀ? ਤਿਆਰੀ ਹੈ, ਥੋੜ੍ਹਾ ਕੋਨਫੀਡੈਂਸ ਵੀ ਹੈ ਆਪਣੇ 'ਤੇ, ਹਾਂ ਮੈਂ ਕਰ ਸਕਦੀ ਹਾਂ, ਕਿਉਂਕਿ ਆਪ ਪੰਜਾਬੀ ਹਾਂ, ਆਪਾਂ ਕਿਉਂ ਨਹੀਂ ਕਰ ਸਕਦੇ, ਆਪਾਂ ਹਰੇਕ ਕੰਮ 'ਚ ਅੱਗੇ ਹਾਂ। ਬਿਲਕੁਲ, ਤਾਂ ਕਰਕੇ। ਚਲੋ, ਵਿਸ਼ ਯੂ ਆਲ ਦਾ ਲੱਕ ਮੈਮ। ਥੈਂਕ ਯੂ ਮੈਮ। ਚਲੋ, ਹੁਣ ਮਿਲਦੇ ਹਾਂ ਅਗਲੇ ਕੰਟੈਸਟੈਂਟਸ ਨੂੰ। ਕੀ ਨਾਮ ਹੈ ਤੁਹਾਡਾ? ਰਾਜਨਦੀਪ ਕੌਰ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਾਜਨਦੀਪ ਕੌਰ ਹੈ, ਮੈਂ ਸ਼ਹਿਰ ਸੁਨਾਮ ਤੋਂ ਆਈ ਹਾਂ ਅਤੇ ਮੈਂ 2nd ਟਾਈਮ ਇਵੈਂਟ ਆ ਜਿਹੜਾ ਕਰ ਰਹੀ ਹਾਂ, ਮੈਨੂੰ ਆਪਣੇ ਕਲਚਰ ਦੇ ਨਾਲ ਬਹੁਤ ਪਿਆਰ ਹੈ, ਮੈਂ ਚਾਹੁੰਦੀ ਹਾਂ ਕਿ ਮੈਂ ਐਵੇਂ ਦੇ ਇਵੈਂਟਸ ਕਰਕੇ ਕੁਛ ਅੱਛੀ ਪਰਸਨੈਲਿਟੀ ਆਪਣੇ ਆਪ 'ਚ ਡਿਵੈਲਪ ਕਰਕੇ ਸਾਡੇ ਕਲਚਰ ਨੂੰ ਪ੍ਰਮੋਟ ਕਰਾਂ। ਮੇਰਾ ਇੱਥੇ ਆਉਣ ਦਾ ਇਹੋ ਇੱਕ ਮੋਟਿਵ ਆ ਕਿ ਮੈਂ ਕਿਸੇ ਲਈ ਇੰਸਪੀਰੇਸ਼ਨ ਬਣ ਸਕਾਂ। ਪਹਿਲਾਂ ਕਿਹੜੇ ਇਵੈਂਟ 'ਚ ਪਾਰਟੀਸਪੇਟ ਕੀਤਾ? ਮੈਂ ਮਿਸਿਸ ਗ੍ਰੇਸ ਆਫ ਪਟਿਆਲਾ 2019 ਫੈਬ ਦੇ ਵਿੱਚ ਫਸਟ ਰਨਰ ਅਪ ਰਹਿ ਚੁੱਕੀ ਹਾਂ। ਇਸ ਤੋਂ ਇਲਾਵਾ ਮੈਂ ਯੂਨੀਵਰਸਿਟੀ ਮਿਸ ਫਰੈਸ਼ਰ ਐਂਡ ਮਿਸ ਫੇਅਰਵੈਲ 2014 ਐਂਡ 2016 ਰਹਿ ਚੁੱਕੀ ਹਾਂ। ਅਤੇ ਮਿਸਿਸ ਪੰਜਾਬ ਬਾਰੇ ਕਿੰਨੇ ਦੱਸਿਆ ਤੁਹਾਨੂੰ? ਮਿਸਿਸ ਪੰਜਾਬ ਬਾਰੇ ਫੇਸਬੁੱਕ ਤੋਂ, ਸੋਸ਼ਲ ਮੀਡੀਆ ਜੋ ਕਿ ਅੱਜ ਕੱਲ੍ਹ ਸਾਰਿਆਂ ਲਈ ਬਹੁਤ ਹੈਲਪਫੁਲ ਹੈਗਾ, ਉਸ ਤੋਂ ਮੈਨੂੰ ਉਸਦੇ ਬਾਰੇ ਵਿੱਚ ਪਤਾ ਚੱਲਿਆ ਅਤੇ ਮੈਂ ਲਾਈਕ ਕੀਤਾ, ਪਰਮਿੰਦਰ ਸਰ ਜੀ ਨਾਲ ਗੱਲ ਕੀਤੀ, ਗੱਲ ਕਰਕੇ ਬਹੁਤ ਹੀ ਅੱਛਾ ਲੱਗਾ ਅਤੇ ਮੈਂ ਇਹ ਇਵੈਂਟ ਨੂੰ ਕਰਨ ਦੇ ਲਈ ਬਹੁਤ ਕੌਨਫੀਡੈਂਟ ਲੱਗ ਰਿਹਾ ਮੈਮ, ਤੁਸੀਂ ਤਿਆਰੀ ਹੈ ਪੂਰੀ? ਯਾ ਸਰ, ਤਾਂ ਨਹੀਂ ਲੱਗ ਰਿਹਾ ਨਰਵਸਨੈਸ? ਥੋੜ੍ਹੀ ਬਹੁਤ, ਬਟ ਜ਼ਿਆਦਾ ਨਹੀਂ ਹੈ। ਚਲੋ, ਵਿਸ਼ ਯੂ ਆਲ ਦਾ ਲੱਕ ਮੈਮ। ਥੈਂਕ ਯੂ ਸੋ ਮਚ ਜੀ। ਮੈਮ, ਕੀ ਨਾਮ ਹੈ ਤੁਹਾਡਾ ਜੀ? ਮਨਪ੍ਰੀਤ ਕੌਰ। ਜੀ, ਕਿੱਥੋਂ ਬਿਲੋਂਗ ਕਰਦੇ ਹੋ? ਪਟਿਆਲੇ ਤੋਂ। ਪਟਿਆਲੇ ਤੋਂ, ਕੁਝ ਦੱਸੋ ਆਪਣੇ ਬਾਰੇ। ਮੈਂ ਹਾਊਸ ਵਾਈਫ ਹੂੰ, ਮੈਂ ਪਲੱਸ 2 ਕੀਤੀ ਹੈ, ਦੋ ਬੇਟੀਆਂ, ਮੇਰੀ ਹਸਬੈਂਡ ਐਂਡ ਫਾਦਰ ਇਨ ਲਾਅ, ਬਸ ਹੋਰ ਕੁਛ। ਅਤੇ ਪਹਿਲਾਂ ਕਿਸੇ ਇਵੈਂਟ 'ਚ ਪਾਰਟੀਸਪੇਟ ਕੀਤਾ ਹੋਵੇ? ਨਹੀਂ, ਫਸਟ ਟਾਈਮ ਹੈ।
ਮੈਂ ਫੇਸਬੁੱਕ 'ਤੇ ਦੇਖਿਆ ਸੀਗਾ, ਬਠਿੰਡਾ ਦੇ ਆਡੀਸ਼ਨ ਹੋਏ ਸੀਗੇ, ਉੱਧਰੋਂ ਦੀ ਦੇਖਿਆ ਕੀਤਾ। ਅਤੇ ਕਿਸੇ ਨੇ ਇੰਸਪਾਇਰ ਕੀਤਾ ਆਡੀਸ਼ਨ ਵਿੱਚ ਪਾਰਟੀਸਪੇਟ ਕਰਨ ਲਈ? ਹਾਂਜੀ, ਮੇਰੀ ਬੇਟੀਆਂ ਦੋ, ਉਹਨਾਂ ਨੇ ਬਹੁਤ ਇੰਸਪਾਇਰ ਕੀਤਾ, ਉਹਨਾਂ ਨੇ ਹੀ ਭੇਜਿਆ ਮੈਨੂੰ। ਠੀਕ ਹੈ, ਅਤੇ ਪੂਰੀ ਫੈਮਿਲੀ ਸਪੋਰਟ ਕਰ ਰਹੀ ਹੈ? ਹਾਂਜੀ। ਚਲੋ, ਵਿਸ਼ ਯੂ ਆਲ ਦਾ ਲੱਕ ਮੈਮ, ਹੋਪ ਕਰਦੇ ਹਾਂ ਤੁਸੀਂ ਆਪਣਾ ਪੂਰਾ 100% ਦਿਓ। ਥੈਂਕ ਯੂ ਮੈਮ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨਵਰੀਨ ਸ਼ਰਮਾ ਹੈ। ਅਤੇ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਪਟਿਆਲਾ ਤੋਂ ਬਿਲੋਂਗ ਕਰਦੀ ਹਾਂ। ਤੁਸੀਂ ਕੁਛ ਦੱਸੋ ਆਪਣੇ ਬਾਰੇ। ਬੇਸਿਕਲੀ ਮੈਂ ਮਾਸਟਰ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਹੈ, 6 months ਹੋਏ ਹੈ ਮੇਰੇ ਵਿਆਹ ਨੂੰ, ਔਰ ਮੈਂ ਬਚਪਨ ਤੋਂ ਸਟੇਜ ਪਰਫੋਰਮੈਂਸਿਸ ਕਰਦੀ ਰਹੀ ਹਾਂ ਕਾਲਜ ਤੱਕ। ਉਸ ਤੋਂ ਬਾਅਦ ਮੈਂ ਜੋਬ ਕੀਤੀ ਹੈ ਅਤੇ ਹੁਣ ਫਿਲਹਾਲ ਮੈਂ ਘਰ ਹਾਂ। ਅਤੇ ਪਹਿਲਾਂ ਕਦੀ ਕਿਸੀ ਕੰਪੀਟੀਸ਼ਨ 'ਚ ਪਾਰਟੀਸਪੇਟ ਕੀਤਾ ਹੋਵੇ? ਨਹੀਂ, ਇਸ ਤਰ੍ਹਾਂ ਦਾ ਨਹੀਂ ਕੀਤਾ, ਵੈਸੇ ਡਾਂਸ ਕੰਪੀਟੀਸ਼ਨ 'ਚ ਕੀਤਾ ਹੋਇਆ। ਤੁਸੀਂ ਮਤਲਬ ਡਾਂਸ ਵਜਾ ਕਰ ਲੈਂਦੇ? ਹਾਂਜੀ। ਅੱਜ ਡਾਂਸ ਨਾਲ ਜਜ਼ਿਨ ਨੂੰ ਇੰਪ੍ਰੈਸ ਕਰਨ ਲੱਗੇ ਹੋ? ਆਫਕੋਰਸ। ਅਤੇ ਕਿੰਨੇ ਇੰਸਪਾਇਰ ਕੀਤਾ ਤੁਹਾਨੂੰ ਇਸ ਕੰਪੀਟੀਸ਼ਨ 'ਚ ਪਾਰਟੀਸਪੇਟ ਕਰਨ ਲਈ? ਬੇਸਿਕਲੀ ਮੈਂ ਫੇਸਬੁੱਕ 'ਤੇ ਪੇਜ ਦੇਖਿਆ ਸੀਗਾ ਇਹਨਾਂ ਦਾ, ਅਤੇ ਮੈਨੂੰ ਉਸ ਟਾਈਮ ਕਾਫੀ ਅੱਛਾ ਲੱਗਿਆ ਔਰ ਮੈਂ ਸੈਲਫ ਮੋਟੀਵੇਟ ਹੋਈ। ਉਸ ਤੋਂ ਬਾਅਦ ਆਪਣੇ ਹਸਬੈਂਡ ਨਾਲ ਡਿਸਕਸ ਕੀਤਾ, ਆਪਣੇ ਫਰੈਂਡਸ ਨਾਲ ਡਿਸਕਸ ਕੀਤਾ, ਦੈਨ ਉਹਨਾਂ ਨੇ ਕਿਹਾ ਕਿ ਤੁਹਾਨੂੰ ਜਾਣਾ ਚਾਹੀਦਾ, ਕਰਨਾ ਚਾਹੀਦਾ, ਤੁਹਾਡੇ 'ਚ ਟੈਲੈਂਟ ਹੈ, ਤਾਂ ਫਿਰ ਮੈਂ ਅਪਲਾਈ ਕਰਤਾ। ਡਰ ਤਾਂ ਨਹੀਂ ਲੱਗ ਰਿਹਾ ਮੈਮ? ਥੋੜ੍ਹਾ ਬਹੁਤ ਨਰਵਸਨੈਸ ਹੁੰਦੀ ਹੈ, ਬਟ ਇੰਨਾ ਜ਼ਿਆਦਾ ਨਹੀਂ, ਕਿਉਂਕਿ ਇਨਵਾਇਰਮੈਂਟ ਬਹੁਤ ਫਰੈਂਡਲੀ ਹੈ, ਮਤਲਬ ਉਸ ਹਿਸਾਬ ਨਾਲ ਇੰਨਾ ਫੀਲ ਨਹੀਂ ਹੋ ਰਿਹਾ। ਚਲੋ, ਵਿਸ਼ ਯੂ ਆਲ ਦਾ ਲੱਕ ਮੈਮ। ਥੈਂਕ ਯੂ ਸੋ ਮਚ। ਹਾਂਜੀ ਮੈਮ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੋਮਲ ਸੰਧੂ ਹੈ, ਮੈਂ ਪਟਿਆਲਾ ਦੀ ਰਹਿਣ ਵਾਲੀ ਹਾਂ। ਕੁਛ ਦੱਸੋ ਆਪਣੇ ਬਾਰੇ। ਮੈਨੂੰ ਕੁਕਿੰਗ ਅਤੇ ਨੱਚਣ ਟੱਪਣ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਬਹੁਤ ਫੈਸ਼ਨ ਇੰਥੂਜ਼ੀਆਸਟ ਹਾਂ ਅਤੇ ਮੈਨੂੰ ਸ਼ੌਪ ਹੋਲਿਸਟਿਕ ਪਰਸਨ ਹਾਂ ਮੈਂ। ਅਤੇ ਇੱਥੇ ਕਿਹਦੇ ਨਾਲ ਆਏ ਹੋ? ਇੱਥੇ ਮੈਂ ਆਪਣੇ ਮੰਮਾ ਦੇ ਮਦਰ ਇਨ ਲਾਅ ਨਾਲ ਆਈ ਹਾਂ। ਠੀਕ ਹੈ। ਅਤੇ ਆਂਟੀ ਜੀ, ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਬੇਟੀ ਬਾਰੇ, ਅੱਜ ਕੰਪੀਟੀਸ਼ਨ 'ਚ ਪਾਰਟੀਸਪੇਟ ਕਰ ਰਹੇ ਨੇ? ਕੰਪੀਟੀਸ਼ਨ 'ਚ ਪਾਰਟੀਸਪੇਟ ਕਰ ਰਹੀ ਹੈ, ਅਸੀਂ ਬਹੁਤ ਖੁਸ਼ ਹਾਂ, ਬਹੁਤ ਅੱਛਾ ਲੱਗ ਰਿਹਾ ਸਾਨੂੰ ਇਹਦਾ ਪਾਰਟੀਸਪੇਟ ਕਰਨ ਦਾ, ਅਸੀਂ ਇਹਦੇ ਨਾਲ ਹਾਂ ਬਿਲਕੁਲ। ਤਾਂ ਬੈਸਟ ਆਫ ਦਾ ਲੱਕ ਹੀ ਕਹਾਂਗੀ, ਕਿਉਂਕਿ ਇਹ ਪਹਿਲਾਂ ਵੀ ਕਰ ਚੁੱਕੀ ਹੈ ਅਤੇ ਅੱਛੇ ਜਗ੍ਹਾ 'ਤੇ ਆਏ ਕਿਤੇ। ਤੁਹਾਡੇ ਨਾਲ ਮੈਮ ਅੱਜ ਆਪਣੀ ਫੈਮਿਲੀ ਦਾ ਵੀ ਬਲੈਸਿੰਗ ਹੈਗੀ ਹੈ, ਤੁਹਾਨੂੰ ਕਿੰਨੀ ਕੁ ਉਮੀਦ ਹੈ ਅੱਜ ਕੰਪੀਟੀਸ਼ਨ 'ਚ ਜਿੱਤਣ ਦੀ? ਮੈਂ ਹੁਣ ਇੱਥੇ ਆਈ ਹਾਂ, ਮੈਂ ਦੇਖਿਆ ਕਿ ਸਾਰੀਆਂ ਮੁਟਿਆਰਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ, ਬਾਕੀ ਮੈਂ ਕੌਨਫੀਡੈਂਟ ਹਾਂ, ਬਾਕੀ ਜੱਜਸ 'ਤੇ ਡਿਪੈਂਡ ਕਰਦਾ ਕਿ ਉਹਨਾਂ ਦਾ ਰਿਜ਼ਲਟ ਕੀ ਹੋਏਗਾ, ਜੋ ਵੀ ਰਿਜ਼ਲਟ ਹੋਏਗਾ ਫੇਅਰ ਹੋਏਗਾ, ਅਤੇ ਬਾਕੀ ਮੇਰੇ ਪੇਰੈਂਟਸ ਦੀ ਬਲੈਸਿੰਗਸ ਮੇਰੇ ਨਾਲ ਨੇ, ਸੋ ਆਈ ਵਿਸ਼ ਬੈਸਟ ਆਫ ਲੱਕ ਟੂ ਐਵਰੀਵਨ, ਹੋਪ ਦ ਬੈਸਟ ਵਿਨ। ਥੈਂਕ ਯੂ। ਆਲ ਦ ਲੱਕ ਮੈਮ, ਵਿਸ਼ ਯੂ ਆਲ ਦ ਲੱਕ। ਥੈਂਕ ਯੂ ਸੋ ਮਚ। ਹਾਂਜੀ ਮੈਮ, ਕੀ ਨਾਮ ਹੈ ਤੁਹਾਡਾ? ਅਨੀਤਾ ਸੈਨ। ਇਹ ਕਿੱਥੋਂ ਬਿਲੋਂਗ ਕਰਦੇ ਹੋ? ਲੁਧਿਆਣਾ। ਠੀਕ ਹੈ, ਅਤੇ ਆਪਣੇ ਬਾਰੇ ਦੱਸੋ ਕੁਛ। ਮੈਂ ਹਾਊਸ ਵਾਈਫ ਹਾਂ ਔਰ ਮੇਰੀ 5 ਸਾਲ ਦੀ ਬੇਟੀ ਹੈ ਔਰ ਮੇਰੇ ਹਸਬੈਂਡ ਬਿਜ਼ਨਸਮੈਨ ਹੈ। ਅਤੇ ਕਿੰਨੇ ਇੰਸਪਾਇਰ ਕੀਤਾ ਤੁਹਾਨੂੰ ਅੱਜ ਪਾਰਟੀਸਪੇਟ ਕਰਨ ਲਈ? ਕੋਈ ਫੈਮਿਲੀ ਤਾਂ ਸੀ, ਉਹਨਾਂ ਨੇ ਇੰਸਪਾਇਰ ਕੀਤਾ ਵੀ ਟਰਾਈ ਕਰਨਾ ਚਾਹੀਦਾ, ਵੀ ਹਾਊਸ ਵਾਈਫ ਬਣ ਕੇ ਤਾਂ ਹਮੇਸ਼ਾ ਹੀ ਰਹਿਣਾ, ਵੀ ਆਪਣੇ ਲਈ ਵੀ ਕੁਛ ਟਰਾਈ ਕਰਨਾ ਚਾਹੀਦਾ, ਅਤੇ ਮੈਂ ਇਸ ਲਈ ਟਰਾਈ ਕੀਤਾ। ਬਿਲਕੁਲ ਵਧੀਆ ਗੱਲ ਹੈ ਮੈਮ। ਅਤੇ ਨਰਵਸ ਤਾਂ ਨਹੀਂ ਹੋ ਰਹੇ? ਥੋੜ੍ਹਾ ਥੋੜ੍ਹਾ। ਕੌਨਫੀਡੈਂਸ ਹੈ ਪੂਰਾ? ਹਾਂਜੀ। ਚਲੋ, ਵਿਸ਼ ਯੂ ਆਲ ਦਾ ਲੱਕ ਮੈਮ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਕੁਲਦੀਪ ਕੌਰ, ਮਿਸਿਸ ਪਟਿਆਲਾ 2018, ਆਏ ਹੋਏ ਸਾਰੇ ਕੰਟੈਸਟੈਂਟਸ ਦਾ ਵੈਲਕਮ ਕਰਦੀ ਹਾਂ, ਅਤੇ ਤੁਸੀਂ ਸਾਰੇ ਬਹੁਤ ਹੀ ਸੋਹਣੇ ਲੱਗ ਰਹੇ ਹੋ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਲ ਦਾ ਬੈਸਟ, ਅਤੇ ਨਾਲ ਸਰ ਪਰਮਿੰਦਰ ਸਰ, ਡਾਇਰੈਕਟਰ ਆਫ 9 to 9 ਐਂਟਰਟੇਨਮੈਂਟ ਮਿਸਿਸ ਪੰਜਾਬ, ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਜਿਹੜੀਆਂ ਘਰੇਲੂ ਲੇਡੀਜ਼ ਹੈ ਉਹਨਾਂ ਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਪ੍ਰੋਵਾਈਡ ਕੀਤਾ, ਜਿਸ ਦੇ ਰਾਹੀਂ ਅਸੀਂ ਆਪਣੇ ਹੁਨਰ ਨੂੰ ਸਭ ਦੇ ਸਾਹਮਣੇ ਸ਼ੋਕੇਸ ਕਰ ਸਕਦੇ ਹਾਂ। ਥੈਂਕ ਯੂ ਸੋ ਮਚ ਐਂਡ ਆਲ ਦਾ ਬੈਸਟ ਆਲ ਦਾ ਕੰਟੈਸਟੈਂਟਸ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਨੀਤਾ ਸੈਣੀ ਹੈ ਔਰ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ। ਮੇਰੇ ਹਸਬੈਂਡ ਸੰਜੀਵ ਕੁਮਾਰ ਸੈਣੀ ਬਿਜ਼ਨਸਮੈਨ ਨੇ ਔਰ ਮੇਰੀ ਇੱਕ 5 ਸਾਲ ਦੀ ਬੇਟੀ ਹੈ। ਮੈਂ ਇਹ ਸ਼ੋਅ ਟਰਾਈ ਕੀਤਾ, ਮੈਨੂੰ ਕਿਸੇ ਫੈਮਿਲੀ 'ਚੋਂ ਕਿਸੇ ਨੇ ਮੈਨੂੰ ਇੰਸਪਾਇਰ ਕੀਤਾ ਕਿ ਮੈਨੂੰ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਮੈਂ ਆਪਣੀ ਬੇਟੀ ਨਾਲ ਸ਼ੋਅਸ ਕਰਦੀ ਸੀ ਔਰ ਮੈਂ ਪਰਮਿੰਦਰ ਸਰ ਦਾ ਥੈਂਕ ਯੂ ਕਰੂੰਗੀ ਔਰ 9 to 9 ਐਂਟਰਟੇਨਮੈਂਟ ਚੈਨਲ ਦਾ ਥੈਂਕ ਯੂ ਕਰੂੰਗੀ, ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਔਰ ਸਾਨੂੰ ਇਹ ਮੌਕਾ ਦਿੱਤਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਨੀਤਾ ਸੈਣੀ ਹੈ ਔਰ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ। ਮੇਰੇ ਹਸਬੈਂਡ ਸੰਜੀਵ ਕੁਮਾਰ ਸੈਣੀ ਬਿਜ਼ਨਸਮੈਨ ਨੇ ਔਰ ਮੇਰੀ 5 ਸਾਲ ਦੀ ਇੱਕ ਬੇਟੀ ਹੈ ਔਰ ਪਰਮਿੰਦਰ ਸਰ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਸਾਡੇ ਵਰਗੀ ਹਾਊਸ ਵਾਈਫ ਨੂੰ, ਜੋ ਸਾਡੇ ਲਈ ਬਹੁਤ ਅੱਛਾ ਪਲੇਟਫਾਰਮ ਆ ਇੱਕ, ਅਤੇ ਮੈਂ ਇਹ ਸ਼ੋਅ ਅੱਗੇ ਵੀ ਟਰਾਈ ਕਰਦੀ ਰਹਾਂਗੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ। ਮੇਰਾ ਨਾਮ ਲਵਲੀਨ ਸ਼ਰਮਾ ਹੈ, ਮੇਰੇ ਹਸਬੈਂਡ ਦਾ ਨਾਮ ਅਰਵਿੰਦ ਮੋਦਗਿਲ। ਬੇਸਿਕਲੀ ਮੈਂ ਪਟਿਆਲਾ ਤੋਂ ਬਿਲੋਂਗ ਕਰਦੀ ਹਾਂ ਅਤੇ ਸਾਡੇ ਵਿਆਹ ਨੂੰ 6 ਮਹੀਨੇ ਪੂਰੇ ਹੋਏ ਹੈ ਪਰਸੋਂ ਹੀ। ਮੈਂ ਐਮਟੈਕ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਹੈ ਅਤੇ ਬਚਪਨ ਤੋਂ ਹੀ ਮੈਂ ਸਟੇਜ ਪਰਫੋਰਮੈਂਸਿਸ ਕਰਦੀ ਆ ਰਹੀ ਹਾਂ
ਕਾਲਜ ਲੈਵਲ ਤੱਕ ਮੈਂ ਡਾਂਸ ਪਰਫੋਰਮੈਂਸ ਵੀ ਦਿੰਦੀ ਸੀਗੀ ਅਤੇ ਇਸ ਤੋਂ ਪਹਿਲਾਂ ਮੈਂ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਜੋਬ ਕਰ ਰਹੀ ਸੀ ਅਤੇ ਫਿਲਹਾਲ ਮੈਂ ਕਰ ਰਹੀ ਹਾਂ ਅਤੇ ਮੈਂ ਜੋ ਮਿਸਿਸ ਪੰਜਾਬ ਦਾ ਜੋ ਪੇਜ ਹੈ ਮੈਂ ਫੇਸਬੁੱਕ 'ਤੇ ਜੋ ਮੈਨੂੰ ਐਡਵਰਟੀਜ਼ਮੈਂਟ ਤੋਂ ਪਤਾ ਲੱਗਿਆ ਸੀਗਾ ਔਰ ਮੈਂ 9 to 9 ਐਂਟਰਟੇਨਮੈਂਟ ਔਰ ਪਰਮਿੰਦਰ ਸਰ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਲਈ ਇੰਨੀ ਅੱਛੀ ਓਪਰਚੁਨਿਟੀਜ਼ ਸਾਨੂੰ ਗ੍ਰੈਬ ਕਰਨ ਦਾ ਮੌਕਾ ਦਿੱਤਾ ਹੈ ਥੈਂਕ ਯੂ ਸੋ ਮੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੋਮਲ ਸੰਧੂ ਹੈ ਐਂਡ ਮੇਰੇ ਹਸਬੈਂਡ ਦਾ ਨਾਮ ਹਰਕੀਰਤ ਸਿੰਘ ਹੈ ਇੱਥੇ ਆਉਣ ਲਈ ਮੈਨੂੰ ਉਹਨਾਂ ਨੇ ਹੀ ਮੋਟੀਵੇਟ ਕੀਤਾ ਹੈ ਮੈਂ ਪਹਿਲਾਂ ਵੀ ਬਹੁਤ ਪਾਰਟੀਸਪੇਟ ਕੀਤਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਆਪਣੇ ਕਲਚਰ ਦੇ ਵਿੱਚ ਨਾਲ ਜੁੜੇ ਰਹਿਣ 'ਚ ਹੀ ਸਾਡੀ ਭਲਾਈ ਹੈ ਅਤੇ ਐਵੇਂ ਦੇ ਸ਼ੋਅ ਹੁੰਦੇ ਰਹਿਣੇ ਚਾਹੀਦੇ ਨੇ ਇਹਨਾਂ ਨਾਲ ਹਾਊਸ ਵਾਈਫਸ ਨੂੰ ਕਾਫੀ ਮੋਟੀਵੇਸ਼ਨ ਮਿਲਦੀ ਹੈ ਉਹ ਵੀ ਅੱਗੇ ਵੱਧਦੀਆਂ ਨੇ ਅਤੇ ਮੈਂ ਥੈਂਕ ਕਰਨਾ ਚਾਹਾਂਗੀ 9 to 9 ਐਂਟਰਟੇਨਮੈਂਟ ਦਾ ਕਿ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇਸ ਸਟੇਜ 'ਤੇ ਆਵਾਂ ਅਤੇ ਆਪਣਾ ਟੈਲੈਂਟ ਪ੍ਰੂਵ ਕਰਾਂ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰੋਮਿਲਾ ਹੈ ਮੈਂ ਪਟਿਆਲਾ ਸ਼ਹਿਰ ਤੋਂ ਆਈ ਹਾਂ ਮੈਂ ਬੇਸਿਕਲੀ ਹਿਮਾਚਲ ਸੇ ਬਿਲੋਂਗ ਕਰਤੀ ਹੂੰ ਮੇਰੇ ਹਸਬੈਂਡ ਕਾ ਨਾਮ ਅਨਿਲ ਕੁਮਾਰ ਹੈ ਇੰਡੀਅਨ ਆਰਮੀ ਮੇਂ ਉਹ ਜੋਬ ਕਰਤੇ ਹੈ ਮੁਝੇ ਇਸ ਸਟੇਜ ਪੇ ਆਨੇ ਕੇ ਲੀਏ ਮੇਰੇ ਹਸਬੈਂਡ ਨੇ ਹੀ ਮੋਟੀਵੇਟ ਕੀਆ ਔਰ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ 9 to 9 ਇੰਟਰਟੇਨਮੈਂਟ ਨਾਲ ਅਤੇ ਪਰਮਿੰਦਰ ਸਰ ਦਾ ਜਿਨ੍ਹਾਂ ਨੇ ਸਾਡੇ ਵਰਗੀਆਂ ਲੇਡੀਜ਼ ਨੂੰ ਇਹ ਮੰਚ ਪ੍ਰੋਵਾਈਡ ਕਰਵਾਇਆ ਅਤੇ ਹਾਊਸ ਵਾਈਫ ਜਿਹੜੀ ਲੇਡੀਜ਼ ਹੈ ਉਹਨਾਂ ਨੂੰ ਵੀ ਮੰਚ 'ਤੇ ਆਉਣ ਦਾ ਮੌਕਾ ਮਿਲਿਆ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਮੈਂ ਰਾਜਦੀਪ ਕੌਰ ਭੰਗੂ ਵਾਈਫ ਆਫ ਸਰਦਾਰ ਰਾਜਵੀਰ ਸਿੰਘ ਭੰਗੂ ਡਿਸਟ੍ਰਿਕਟ ਸੰਗਰੂਰ ਦੇ ਛੋਟੇ ਜਿਹੇ ਸ਼ਹਿਰ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ ਤੋਂ ਆਈ ਹਾਂ ਮੈਂ ਜੇ ਆਪਣੇ ਪੈਸ਼ਨ ਦੀ ਪ੍ਰੋਫੈਸ਼ਨ ਦੀ ਗੱਲ ਕਰਾਂ ਤਾਂ ਮੈਂ ਇੱਕ ਫੋਰਮਲ ਅਸਿਸਟੈਂਟ ਪ੍ਰੋਫੈਸਰ ਦੀ ਤਰ੍ਹਾਂ ਸੰਗਰੂਰ ਕਾਲਜ ਦੇ ਵਿੱਚ ਵਰਕ ਕਰ ਰਹੀ ਹਾਂ ਮੇਰੀਆਂ ਹੋਬੀਜ਼ ਦੇ ਵਿੱਚ ਮੈਨੂੰ ਆਪਣੇ ਕਲਚਰ ਦੇ ਨਾਲ ਜੁੜ ਕੇ ਰਹਿਣਾ ਬਹੁਤ ਵਧੀਆ ਲੱਗਦਾ ਮੈਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਪਾਰਟੀਸਪੇਸ਼ਨਸ ਕੀਤੀਆਂ ਨੇ ਅਤੇ ਹੁਣ ਵੀ ਮੈਂ ਟੀਚਰ ਦੇ ਨਾਲ ਨਾਲ ਆਪਣੇ ਆਪ ਦੇ ਵਿੱਚ ਇਹ ਰੂਪ ਦੇਖਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਕਾਲਜ ਦੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਡੇ ਕਲਚਰ ਦੇ ਨਾਲ ਜੋੜ ਕੇ ਰੱਖਾਂ ਮੈਂ 9 to 9 ਇੰਟਰਟੇਨਮੈਂਟ ਸਰਦਾਰ ਪਰਮਿੰਦਰ ਸਿੰਘ ਜੀ ਰਿਸਪੈਕਟਡ ਸਰ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਲੈਵਲ 'ਤੇ ਲੈ ਕੇ ਆਉਂਦਾ ਇਸ ਚੀਜ਼ ਦੇ ਨਾਲ ਜੋੜਿਆ ਕਿਉਂਕਿ ਸਾਡੇ ਹਾਊਸ ਵਾਈਫ ਨੂੰ ਇੱਕ ਮੌਕਾ ਮਿਲਣ ਦੇ ਨਾਲ ਨਾਲ ਸਾਨੂੰ ਕਲਚਰਲ ਐਕਟੀਵਿਟੀਜ਼ ਦੇ ਵਿੱਚ ਵੀ ਪਾਰਟੀਸਪੇਟ ਕਰਨ ਦਾ ਮੌਕਾ ਮਿਲ ਰਿਹਾ ਸਾਡੇ ਕਲਚਰ ਦੇ ਨਾਲ ਜੁੜਨ ਦਾ ਕਿਉਂਕਿ ਕਿਸੇ ਨੇ ਸੱਚ ਕਿਹਾ ਕਹਿੰਦੇ ਉਹ ਰੋਬੇ ਨਾਲੇ ਪੁੱਛੇ ਕਿ ਮੈਂ ਕੰਡਾ ਜਾਂ ਗੁਲਾਬ ਸੀ ਸੱਚੀ ਸੱਚੀ ਦੱਸੀ ਕਿ ਮੈਂ ਇਹੋ ਜਿਹਾ ਪੰਜਾਬ ਸੀ ਸੱਚੀ ਸੱਚੀ ਦੱਸੀ ਕਿ ਮੈਂ ਇਹੋ ਜਿਹਾ ਪੰਜਾਬ ਸੀ ਸਾਡੇ ਪੰਜਾਬ ਤੋਂ ਸਾਡੀ ਜਨਰੇਸ਼ਨ ਦੂਰ ਹੁੰਦੀ ਜਾ ਰਹੀ ਆ ਮੈਨੂੰ ਮਾਣ ਆ ਇਹੋ ਜਿਹੀਆਂ ਕੰਪਨੀਜ਼ 'ਤੇ ਇਹੋ ਜਿਹੇ ਚੈਨਲਸ 'ਤੇ ਜਿਹੜੇ ਇਹੋ ਜਿਹੇ ਆਪਣੀਆਂ ਜਿਹੜੀਆਂ ਕਰ ਰਹੇ ਨੇ ਜੋ ਇਹੋ ਜਿਹੇ ਯੋਗਦਾਨ ਦੇ ਰਹੇ ਨੇ ਜਿਸ ਦੇ ਨਾਲ ਕੀ ਹੈ ਕਿ ਸਾਡੇ ਪੰਜਾਬ ਦੇ ਨਾਲ ਅਸੀਂ ਜੁੜ ਕੇ ਰਹੀਏ ਮੈਂ ਅੱਜ ਇੱਥੇ ਕੋਈ ਜਿੱਤ ਹਾਰ ਦਾ ਜਜ਼ਬਾ ਲੈ ਕੇ ਨਹੀਂ ਆਈ ਮੈਂ ਸਿਰਫ ਇੱਥੇ ਕੁਝ ਸਿੱਖਣ ਆਈ ਹਾਂ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਉਹ ਪਰਸਨੈਲਿਟੀ ਡਿਵੈਲਪ ਕਰਨਾ ਚਾਹੁੰਦੀ ਹਾਂ ਜੋ ਦੂਜਿਆਂ ਦੇ ਲਈ ਇੰਸਪੀਰੇਸ਼ਨ ਬਣੀ ਥੈਂਕ ਯੂ ਸੋ ਮੱਚ ਕਾਲ ਜੀ ਸਾਰਿਆਂ ਨੂੰ ਮੈਂ ਮਿਸਿਜ਼ ਰੁਪਿੰਦਰ ਖਰੌੜ ਵਾਈਫ ਆਫ ਵਿਕਰਮਜੀਤ ਸਿੰਘ ਖਰੌੜ ਅਤੇ ਮੇਰੀ ਏਜ 35 ਸਾਲ ਹੈ ਜੀ ਮੇਰਾ ਇੱਕ 12 ਸਾਲ ਦਾ ਬੇਟਾ ਹੈ ਅਤੇ ਮੈਂ ਇੱਕ ਆਈਟ੍ਰੋਨਿਕ ਡਿਜੀਟਲ ਕੰਪਨੀ ਦੇ ਵਿੱਚ ਐਜ਼ ਏ ਮੈਨੇਜਰ ਜੋਬ ਕਰ ਰਹੀ ਹਾਂ ਅਤੇ ਨਾਲ ਇੱਕ ਛੋਟਾ ਜਿਹਾ ਪਾਰਟਨਰਸ਼ਿਪ ਦੇ ਵਿੱਚ ਸੈਲੂਨ ਰਨਿੰਗ ਕਰ ਰਹੀ ਹਾਂ ਅਤੇ ਇੱਥੇ ਆਉਣ ਦਾ ਮੇਰਾ ਮੇਨ ਮਕਸਦ ਇਹੀ ਸੀਗੀ ਆਪਣੇ ਉਹੀ ਜਿਵੇਂ ਮੈਮ ਨੇ ਕਿਹਾ ਕਿ ਕਲਚਰ ਨਾਲ ਜੁੜਨਾ ਮੈਨੂੰ ਵੀ ਬਹੁਤ ਵਧੀਆ ਲੱਗਦੀਆਂ ਨੇ ਐਕਟੀਵਿਟੀਜ਼ ਗਿੱਧਾ ਭੰਗੜਾ ਮੇਰੀਆਂ ਇਹੀ ਹੋਬੀਜ਼ ਨੇ ਮੈਨੂੰ ਪੰਜਾਬੀ ਸੌਂਗ ਸੁਣਨਾ ਬਹੁਤ ਪਸੰਦ ਹੈ ਅਤੇ ਮੈਂ ਮਾਸਟਰ ਕੀਤੀ ਹੋਈ ਹੈ ਪੰਜਾਬੀ ਦੀ ਵਿਦ ਬੀਐਡ ਕੀਤੀ ਹੋਈ ਹੈ ਜੀ ਅਤੇ ਮੈਨੂੰ ਬਹੁਤ ਅੱਜ ਵਧੀਆ ਲੱਗ ਰਿਹਾ ਇੱਥੇ ਆ ਕੇ ਬਹੁਤ ਅੱਛਾ ਮਾਹੌਲ ਹੈ ਬਹੁਤ ਨਵੇਂ ਨਵੇਂ ਕੰਟੈਸਟੈਂਟ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਅਤੇ ਮੈਂ ਧੰਨਵਾਦ ਕਰਦੀ ਹਾਂ 9 to 9 ਇੰਟਰਟੇਨਮੈਂਟ ਦਾ ਐਂਡ ਪਰਮਿੰਦਰ ਸਰ ਦਾ ਜਿਨ੍ਹਾਂ ਨੇ ਸਾਨੂੰ ਮੈਰਿਡ ਲੇਡੀਜ਼ ਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਦਿੱਤਾ ਹੈ ਤਾਂ ਕਿ ਅਸੀਂ ਵੀ ਆਪਣਾ ਟੈਲੈਂਟ ਇੱਥੇ ਸ਼ੋਅ ਕਰ ਸਕੀਏ ਥੈਂਕ ਯੂ ਸੋ ਮੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਬੇਦੀ ਵਾਈਫ ਆਫ ਦੀਪਕ ਜਨੇਜਾ ਮੈਂ ਪਟਿਆਲਾ ਦੇ ਇੱਕ ਛੋਟੇ ਜਿਹੇ ਸ਼ਹਿਰ ਘੱਗਾ ਤੋਂ ਆਈ ਹਾਂ ਅਤੇ ਮੈਨੂੰ ਬਚਪਨ ਤੋਂ ਹੀ ਪੰਜਾਬੀ ਕਲਚਰ ਨਾਲ ਜੁੜਨਾ ਬਹੁਤ ਵਧੀਆ ਲੱਗਦਾ ਸੀ ਅਤੇ ਸਾਨੂੰ ਅੱਜ 9 to 9 ਐਂਟਰਟੇਨਮੈਂਟ ਕੰਪਨੀ ਨੇ ਅਤੇ ਮਿਸਿਸ ਪੰਜਾਬ ਟੈਗ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਸਟੇਜ 'ਤੇ ਆ ਕੇ ਪਰਫੋਰਮ ਕਰ ਸਕੀਏ ਆਪਣੇ ਕਲਚਰ ਬਾਰੇ ਬਹੁਤ ਕੁਝ ਜਾਣ ਸਕੀਏ ਕਿਉਂਕਿ ਹੈ ਪੰਜਾਬ 'ਚ ਇਹੋ ਜਿਹੀਆਂ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੇ ਜਿਨ੍ਹਾਂ ਬਾਰੇ ਹੁਣ ਅੱਜ ਦੇ ਟਾਈਮ 'ਚ ਬੱਚੇ ਨਹੀਂ ਸਿੱਖ ਸਕਦੇ ਬਟ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਅਸੀਂ ਅਲੱਗ ਅਲੱਗ ਤਰ੍ਹਾਂ ਦਾ ਪੰਜਾਬੀ ਟੈਲੈਂਟ ਦੇਖਣ ਨੂੰ ਮਿਲਦਾ ਹੈ ਤਾਂ ਕਰਕੇ ਮੈਨੇ ਇਸ ਮਿਸਿਸ ਪੰਜਾਬ 'ਚ ਮੈਨੇ ਪਾਰਟੀਸਪੇਟ ਕੀਤਾ ਅਤੇ ਮੈਨੂੰ ਇਸ 'ਚ ਪਾਰਟੀਸਪੇਟ ਕਰਨ ਲਈ ਮੇਰੀ ਛੋਟੀ ਸਿਸਟਰ ਨੇ ਬਹੁਤ ਮੋਟੀਵੇਟ ਕੀਤਾ ਹੈ ਮੈਂ ਉਸਨੂੰ ਵੀ ਥੈਂਕ ਯੂ ਕਰਾਂਗੀ ਕਿ ਉਸਨੇ ਮੈਨੂੰ ਮੋਟੀਵੇਟ ਕੀਤਾ ਤਾਂ ਕਿ ਮੈਂ ਅੱਜ ਇੱਥੇ ਆ ਕੇ ਪਰਫੋਰਮ ਕਰ ਪਾ ਰਹੀ ਹਾਂ ਥੈਂਕ ਯੂ ਸੋ ਮੱਚ ਸਭ ਤੋਂ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ 9 to 9 ਇੰਟਰਟੇਨ ਦਾ ਔਰ ਪਰਮਿੰਦਰ ਸਿੰਘ ਸਰ ਦਾ ਧੰਨਵਾਦ ਕਰਦੀ ਹਾਂ ਤਹਿ ਦਿਲੋਂ
ਜਿਨ੍ਹਾਂ ਨੇ ਇਹ ਪਲੇਟਫਾਰਮ ਦਿੱਤਾ ਜੋ ਕਿ ਘਰ ਦੇ ਵਿੱਚ ਘਰੇਲੂ ਔਰਤਾਂ ਕੰਮ ਕਰਦੀਆਂ ਹੀ ਰਹਿ ਜਾਂਦੀਆਂ, ਉਹਨਾਂ ਨੂੰ ਕੋਈ ਮੌਕਾ ਨਹੀਂ ਮਿਲਦਾ ਲਾਈਫ ਦੇ ਵਿੱਚ, ਬੱਚੇ ਪਾਲ ਲਏ, ਘਰ ਦੇ ਕੰਮ ਕਰ ਲਏ, ਬਸ ਇੱਥੋਂ ਤੱਕ ਹੀ ਸੀਮਿਤ ਰਹਿ ਜਾਂਦੇ ਆ, ਅਤੇ ਉਹਨਾਂ ਲਈ ਇਹ ਬਹੁਤ ਵੱਡਾ ਪਲੇਟਫਾਰਮ ਹੈ। ਮੈਂ ਖੁਦ ਇਸ ਜੋ ਇੰਟਰਟੇਨਮੈਂਟ ਵਾਲਾ ਇਹ ਸ਼ੋਅ ਹੈ, ਇਹ ਮੈਂ 4-5 ਸਾਲ ਤੋਂ ਫੋਲੋ ਕਰਦੀ ਆ ਰਹੀ ਹਾਂ, ਬਟ ਮੈਨੂੰ ਆਉਣ ਦਾ ਨਹੀਂ ਮਿਲਿਆ ਮੌਕਾ, ਅੱਜ ਮੈਨੂੰ ਮੌਕਾ ਮਿਲਿਆ। ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਤੈਅ ਦਿਲੋਂ ਮੈਂ ਬਹੁਤ ਖੁਸ਼ ਹਾਂ। ਬਾਕੀ ਤੋਂ ਜੱਜਸ ਦੇ ਉੱਪਰ ਹੈ, ਪਰ ਮੇਰਾ ਬੇਟੇ ਨੇ ਵੀ ਮੈਨੂੰ ਬਹੁਤ ਐਸਪਾਇਰ ਕੀਤਾ ਕਿ ਤੁਸੀਂ ਮੰਮਾ ਜ਼ਰੂਰ ਜਾਓ। ਜੋ ਇੱਕ ਨਰਵਸ ਹੁੰਦਾ ਅੰਦਰ ਬੋਲਣ ਦੀ ਜਾਂ ਬਾਹਰ ਨਿਕਲਣ ਦੀ ਜਾਂ ਕਿਸੇ ਨਾਲ ਗੱਲਬਾਤ ਕਰਨ ਦੀ, ਉਹ ਚੀਜ਼ ਸ਼ਾਇਦ ਨਿਕਲ ਜਾਂਦੀ ਹੈ ਲੇਡੀਜ਼ ਦੀ। ਔਰ ਮੈਂ ਸਭ ਨੂੰ, ਸਾਰੀ ਲੇਡੀਜ਼ ਨੂੰ ਇੱਦਾਂ ਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਖੁਦ ਵੀ ਨਰਵਸ ਸੀ ਬਹੁਤ, ਪਰ ਇੱਥੇ ਆ ਕੇ ਮੈਨੂੰ ਥੋੜ੍ਹਾ ਜਿਹਾ ਕੌਨਫੀਡੈਂਸ ਮਿਲ ਗਿਆ। ਅਤੇ ਮੈਂ ਸਕੂਲ ਟੀਚਿੰਗ ਕਰ ਰਹੀ ਹਾਂ ਜੀ, ਐਨਟੀਟੀ ਮੈਂ ਮੈਰਿਜ ਤੋਂ ਬਾਅਦ ਕੀਤੀ, ਗ੍ਰੈਜੂਏਸ਼ਨ ਵੀ ਮੈਂ ਮੈਰਿਜ ਤੋਂ ਬਾਅਦ ਕੀਤੀ ਹੈ, ਤਾਂ ਮੈਂ ਇਸ ਟਾਈਮ ਸਕੂਲ ਟੀਚਿੰਗ ਕਰ ਰਹੀ ਹਾਂ, ਤਾਂ ਉੱਥੋਂ ਵੀ ਮੈਨੂੰ ਛੁੱਟੀ ਨਹੀਂ ਮਿਲੀ। ਬਟ ਮੈਂ ਸੋਚਿਆ ਕਿ ਮੈਨੂੰ ਜੋਬ ਛੱਡਣੀ ਮਨਜ਼ੂਰ ਹੈ, ਬਟ ਮੈਂ ਇਹ ਸ਼ੋਅ ਨਹੀਂ ਛੱਡਣਾ, ਅੱਜ ਜ਼ਰੂਰ ਜਾਣਾ। ਇਸ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਥੈਂਕ ਯੂ ਸੋ ਮੱਚ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਮੇਰਾ ਨਾਮ ਮਨਪ੍ਰੀਤ ਕੌਰ ਹੈ, ਮੈਂ ਪਲੱਸ ਟੂ ਕੀਤੀ ਵੀ ਹੈ, ਮੇਰੀ ਮੈਰਿਜ ਨੂੰ 12 ਸਾਲ ਹੋ ਗਏ। ਮੇਰੇ ਘਰ 'ਚ 2 ਬੇਟੀਆਂ, 1 12 ਸਾਲ ਦੀ, 1 6 ਸਾਲ ਦੀ। ਅੱਜ ਮੈਨੂੰ ਉਹਨਾਂ ਨੇ ਹੀ ਇੱਧਰ ਭੇਜਿਆ ਕਿ ਮੰਮਾ ਜਾਓ ਕੁਛ ਕਰਕੇ ਆਓ, ਸਾਰਾ ਦਿਨ ਘਰ ਬੈਠੇ ਰਹਿੰਦੇ ਹੋ। ਅਤੇ ਮੈਂ 9 to 9 ਐਂਟਰਟੇਨਮੈਂਟ ਔਰ ਮਿਸਟਰ ਪਰਮਿੰਦਰ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਜੋ ਸਾਡੇ ਵਰਗੀ ਵਾਈਫ ਨੂੰ ਮੌਕਾ ਦਿੰਦੇ ਆ ਇੱਧਰ ਆਉਣ ਦਾ। ਮੇਰੀ ਹੋਬੀਜ਼ ਡਾਂਸ, ਸਿੰਗਿੰਗ ਐਂਡ ਮਾਡਲਿੰਗ ਹੈਗੀ ਆ, ਜੋ ਮੈਂ ਕਦੀ ਕੀਤੀ ਨਹੀਂ। ਇੱਧਰ ਮੈਂ ਫਸਟ ਟਾਈਮ ਆਈ ਹਾਂ ਔਰ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਵਰਗੀ ਲੇਡੀਜ਼ ਨੂੰ ਇਹ ਮੌਕਾ ਮਿਲ ਰਿਹਾ। ਸੋ ਜੋ ਹੋਰ ਦੇਖ ਰਹੇ ਆ ਉਹ ਵੀ ਪਲੀਜ਼ ਟਰਾਈ ਕਰਨ ਇੱਧਰ ਆਉਣ ਦੀ, ਕਿ ਜੋ ਸੋਚਦੇ ਹਾਂ ਕਿ ਅਸੀਂ ਵਿਆਹ ਤੋਂ ਬਾਅਦ ਕੁਛ ਨਹੀਂ ਕਰ ਸਕਦੇ, ਬਸ ਘਰ ਹੀ ਬੈਠੇ ਰਹਿ ਗਏ, ਉਹ ਪਲੀਜ਼ ਇੱਧਰ ਆਉਣ ਔਰ ਦੇਖਣ ਕਿ ਬਹੁਤ ਕੌਨਫੀਡੈਂਟ ਬਣਦਾ ਇੱਧਰ ਆ ਕੇ। ਜੋ ਥੈਂਕ ਯੂ ਸਭ ਨੂੰ, ਸਾਰਿਆਂ ਨੂੰ ਥੈਂਕ ਯੂ ਜੋ ਇਸ ਸ਼ੋਅ 'ਚ ਹੈਗੇ ਆ। ਗੱਡੇ ਗੱਡੀ ਰੇ ਮਾਰਿਆ ਗੜਵਾਲੇ।